परम सत्कारयोग सातसंग जी रसना पवित्र करिए त्याखिए तान तान श्री सतगुरु जगजीत सिंह जी तान माता चांद कौर जी तान श्री सतगुरु उदय सिंह जी सात जी जी आजदा लेख संत जगदार सिंह जी वालों है अकाल पुरख सतगुरु जी के हुक्म माता जी ਮਾਤਾ ਚੰਦਗੌਰ ਜੀ ਵੱਲੋਂ ਮਿਲੇ ਨਿਗ ਪਿਆਰ ਆਪਣਤ ਅਤੇ ਕਾਮ ਕਰਨ ਵਿੱਚ ਦਿੱਤੇ ਇਸ਼ਾਰਿਆਂ ਨਾਲ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਉਹ ਆਪਣੀਆਂ ਸਰੀਰਿਕ ਤਕਲੀਫਾਂ ਦੀ ਪਰਵਾਹ ਨਾ ਕਰਦੇ ਹੋਏ ਸਦਾ ਸੇਵਾ ਵਿੱਚ ਲੱਗੇ ਰਹਿਣ ਵਿੱਚ ਆਨੰਦ ਲੈਂਦੇ ਸਨ ਇੱਕ ਸਮੇਂ ਸੇਵਾ ਕਰਦਿਆਂ ਮਾਤਾ ਜੀ ਦੀ ਲੱਕ ਨੂੰ ਸੱਟ ਲੱਗ ਗਈ ਸੀ ਡਾਕਟਰਾਂ ਅਨੁਸਾਰ ਕੰਪਲੀਟ ਐਡਰੈਸ ਦਾ ਸੁਝਾਅ ਜ਼ਰੂਰੀ ਸੀ ਅਤੇ ਐਲੋਪੈਥਿਕ ਦਵਾਈ ਖਾਣੀ ਵੀ ਜ਼ਰੂਰੀ ਸੀ ਦੋਨੋਂ ਕਮਾਂ ਤੇ ਦੋਨੋਂ ਕਮਾਂ ਤੋਂ ਮਾਤਾ ਜੀ ਇਨਕਾਰੀ ਸਨ ਸੇਵਾ ਤੇ ਜਾਣੋ ਹਟਦੇ ਨਹੀਂ ਸਨ ਅਤੇ ਅੰਗਰੇਜ਼ੀ ਦਵਾਈ ਦੇ ਕਟੜ ਵਿਰੋਧੀ ਸਨ ਲਖਨਊ ਆਰਾਮ ਨਹੀਂ ਸਿਆ ਰਿਹਾ ਡਾਕਟਰਾਂ ਦੀ ਚੇਤਾਵਨੀ ਸੀ ਕਿ ਜੇਕਰ ਬੈਡ ਰੈਸਟ ਨਾ ਕੀਤੀ ਤੇ ਐਸਾ ਨਾ ਹੋਵੇ ਕਿ ਮਾਤਾ ਜੀ ਨੂੰ ਸਦਾ ਵਾਸਤੇ ਮੰਜੇ ਤੇ ਹੀ ਪੈਣਾ ਪਿਆ ਜਾਵੇ ਸੋ ਸਾਗੁਰ ਜਗਜੀਤ ਸਿੰਘ ਜੀ ਨੇ ਮੇਰੀ ਡਿਊਟੀ ਲਗਾਈ ਕਿ ਤੂੰ ਸਾਰਾ ਸਮਾਂ ਜਦੋਂ ਤੱਕ ਡਾਕਟਰ ਆਖਣ ਮਾਤਾ ਜੀ ਕੋਲ ਹੀ ਰਹਿਣਾ ਹੈ ਐਟੀ ਦਵਾਈ ਵਾਸਤੇ ਇਸ ਸਮੇਂ ਸਿਰ ਪਾਸ਼ਾ ਜੀ ਆਪ ਦਰਸ਼ਨ ਦੇ ਕੇ ਆਪਣੇ ਸਾਹਮਣੇ ਦਵਾਈ ਦਾ ਸੇਵਨ ਕਰਵਾਉਂਦੇ ਰਹੇ ਇਹ ਸਾਰੀ ਗੱਲ ਦੱਸਣ ਦਾ ਭਾਵੇਂ ਹੈ ਕਿ ਕੁਝ ਅੰਸਰ ਐਸੀ ਦੁਰਭਾਵਨਾ ਵੀ ਫੈਲਾਉਂਦੇ ਰਹੇ ਸਨ ਕਿ ਮਾਤਾ ਜੀ ਨਾਲ ਸਤਗੁਰੂ ਜੀ ਨਾ ਖੁਸ਼ ਰਹਿੰਦੇ ਸਨ ਕਿ ਉਹ ਹੁਕਮ ਨਹੀਂ ਮੰਨਦੇ ਐਸਾ ਬਿਲਕੁਲ ਵੀ ਨਹੀਂ ਸੀ ਮਾਤਾ ਜੀ ਦੀ ਸਾਰੀ ਜ਼ਿੰਦਗੀ ਦਾ ਮਨੋਰਥ ਹੀ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹੀ ਵੀ ਮਾਤਾ ਜੀ ਦਾ ਬਹੁਤ ਬਰੀਕੀ ਨਾਲ ਧਿਆਨ ਰੱਖਦੇ ਸਨ ਬਹੁਤ ਨੇੜੇ ਵਾਲਿਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸਨੋਂ ਦਿੰਦੇ ਉਹਨਾਂ ਦੇ ਪਾਣੀ ਤਾਂ ਸਤਗੁਰਜੀ ਨਾਰਾਜ਼ ਹੀ ਨਜ਼ਰ ਆਉਂਦੇ ਸਨ ਜਿਹੜੀ ਵੀ ਸੇਵਾ ਮਾਤਾ ਜੀ ਕਰਦੇ ਸੀ ਪਰਵਾਨਗੀ ਤੋਂ ਬਗੈਰ ਨਹੀਂ ਸੰ ਕਰਦੇ ਕਈ ਵਾਰੀ یوں ਜਾਪਦਾ ਸੀ ਮਾਤਾ ਜੀ ਮਨਮਰਜੀ ਕਰਦੇ ਸਨ ਸਮਝ ਉਦੋਂ ਆਉਂਦੀ ਸੀ ਕਿ ਮਾਤਾ ਜੀ ਨੇ ਮਕਾਨ ਜਾਂ ਕੁਝ ਦਾਂਚੇ ਬਣਾਉਣੇ ਸਤਗੁਰੂ ਗਰੀਬ ਨਿਵਾਜ ਜੀ ਨੇ ਜਦੋਂ ਕਈ ਚਿਰ ਬਾਅਦ ਦੌਰੇ ਤੋਂ ਆਉਣਾ ਤੇ ਹੁਕਮ ਕਰ ਦੇਣਾ ਇਹ ਠੀਕ ਨਹੀਂ ਹਨ ਇਹਨਾਂ ਨੂੰ ਟਵਾ ਦਿਓ ਤਾਂ ਮਾਤਾ ਜੀ ਨੇ ਬਗੈਰ ਕਿਸੇ ਕਿੰਤੂ ਪਰੰਤੂ ਤੇ ਕਿਸੇ ਕਿੰਤੂ ਪਰੰਤੂ ਦੇ ਟਵਾ ਦੇਣੇ ਇਹ ਬਹੁਤ ਹੀ ਕਠਿਨ ਕੰਮ ਹੈ ਪਰ ਮਾਤਾ ਜੀ ਨੇ ਟਵਾ ਦੇਣੇ ਹੁਕਮ ਅਨੁਸਾਰ ਫੇਰ ਖੁਸ਼ੀਆਂ ਖੁਸ਼ੀਆਂ ਮਾਤਾ ਜੀ ਜਦੋਂ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਕਿਸੇ ਸਾਧਨੇ ਅਰਜ ਕਰਕੇ ਮਾਤਾ ਜੀ ਨੂੰ ਸਰੋਵਰ ਦੀ ਸੇਵਾ ਤੋਂ ਛੁੱਟੀ ਦਵਾ ਦਿੱਤੀ ਮਾਤਾ ਜੀ ਸਤਿਵਚਨ ਕਰਕੇ ਹਟ ਗਏ ਕੰਮ ਕਰੀਬ ਬੰਦੀ ਹੋ ਗਿਆ ਸਰੋਵਰ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਸੀ 30x35 ਫੁੱਟ ਜ਼ਮੀਨ ਤੋਂ ਥੱਲੇ ਜਾ ਜਾ ਕੇ 8 ਕੋਣਾ 5x6 ਫੁੱਟ ਮੋਟਾ ਕਰੀਬ 50 ਇੰਚ ਚੌੜਾਈ ਵਾਲਾ ਲੈਂਟਰ ਪੈਣਾ ਸੀ ਔਖਾ ਦੇ ਪਾਰੀ ਕੰਮ ਸੀ ਮੁੜ ਅਰਜਾ ਹੋਈਆਂ ਤੇ ਫਿਰ ਮਾਤਾ ਜੀ ਨੂੰ ਹੁਕਮ ਹੋਇਆ ਤੇ ਉਹਨਾਂ ਦੁਬਾਰਾ ਕੰਮ ਸ਼ੁਰੂ ਕੀਤਾ ਬਗੈਰ ਕਿਸੇ ਉਜਰ ਦੇ ਅਤੇ ਨੇਪਰੇ ਚਾੜਿਆ ਬਗੈਰ ਕਿਸੇ ਉਜਰ ਦੇ ਅਤੇ ਨੇਪਰੇ ਚਾੜਿਆ ਜਿਹੜਾ ਅਤ ਕਠਿਨ ਤੇ ਜਟਿਲ ਸੀ ਇੱਕ ਸਮੇਂ ਧਰਤੀ ਤੋਂ ਰੇਤੇ ਦੀ ਭਰੀ ਟਰਾਲੀ 3 ਫੁੱਟ ਥੱਲੇ ਰੀੜ ਗਈ ਜਿੱਥੇ ਮਿਸਤਰੀਆਂ ਮਜ਼ਦੂਰਾ ਤੋਂ ਮਾਤਾ ਜੀ ਆਪ ਖਲੋਕੇ ਕੰਮ ਕਰਵਾ ਰਹੇ ਸਨ ਇਹ ਵੀ ਕਰਿਸ਼ਮਈ ਸੀ ਸਾਰੇ ਜ਼ਾਰੇ ਬਚ ਗਏ ਅਤੇ ਮਾਤਾ ਜੀ ਆਪ ਦੌੜ ਕੇ ਬੁ ਮੁਸ਼ਕਿਲ ਹੀ ਬਚੇ ਸੇਵਾ ਵਿੱਚ ਰੁੱਝੇ ਮਾਤਾ ਜੀ ਨੂੰ ਅਚਾਨਕ ਹੁਗਮ ਹੋ ਜਾਣਾ ਵਿਦੇਸ਼ ਦੌਰੇ ਤੇ ਨਾਲ ਜਾਣਾ ਹੈ ਵਿਦੇਸ਼ ਦੌਰੇ ਤੇ ਨਾਲ ਜਾਣਾ ਹੈ ਅਰਜ ਕਰਨੀ ਕਿ ਮੈਂ ਇੱਥੇ ਰਹਿ ਕੇ ਕੁਝ ਕੰਮ ਹੀ ਕਰਵਾ ਲਾਂਗੀ ਹੁਕਮ ਹੋਣਾ ਨਹੀਂ ਨਾਲ ਹੀ ਚੱਲਣਾ ਹੈ ਸਾਰਾ ਕੰਮ ਛੱਡ ਕੇ ਇੱਕ ਛੋਟੇ ਜਿਹੇ ਬੈਗ ਵਿੱਚ ਥੋੜੇ ਬਸਤਰ ਪਾਣੇ ਤੇ ਹੁਕਮ ਅਨੁਸਾਰ ਤੁਰ ਪੈਣਾ ਸਤਗੁਰ ਜੀ ਦੇ ਹੁਕਮ ਨੂੰ ਪਤੀ ਦਾ ਹੁਕਮ ਨਹੀਂ ਅਕਾਲ ਪੁਰਖ ਦਾ ਹੁਕਮ ਕਰ ਜਾਣਾ ਹੈ ਸਾਰੀ ਉਮਰ ਗਰੀਬ ਨਿਵਾਜ ਜੀ ਦੇ ਜੋਤੀ ਜੋ ਸਮਾਨ ਉਪਰਹੰਤ ਉਹਨਾਂ ਦੀ ਰਜਾ ਨੂੰ ਜਾਣ ਸਵਾ ਲੱਖ ਸ਼ੁਰੂ ਕੀਤੇ ਪਾਠਾਂ ਨੂੰ ਸੰਪੂਰਨ ਕਰਨ ਦੀਆਂ ਵਾਕ-ਵਾਕ ਵਿਅੰਤਤਾ ਬਣਾ ਸੈਂਚੀਆਂ ਬਣਵਾ ਪਾਠਾਂ ਦਾ ਪ੍ਰਵਾਹ ਚਲਾਈ ਰੱਖਿਆ ਬੀਬੀਆਂ ਨੂੰ ਕੋਠੀ ਵਿੱਚ ਬੁਲਾ ਪਾਠ ਸਿਖਾਉਣ ਦਾ ਪ੍ਰਬੰਧਕਾਰ ਉਹਨਾਂ ਤੋਂ ਪਾਠ ਕਰਵਾਣੇ ਪਾਸ ਬੈਠ ਕੇ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਾਣ ਤੋਂ ਬਾਅਦ ਘਰ ਜਾਣ ਦੀ ਛੁੱਟੀ ਦੇਣੀ ਬੀਬੀਆਂ ਨੂੰ ਵਿਸ਼ੇਸ਼ ਉਤਸ਼ਾਹ ਦੇਣਾ ਪਾਠ ਕਰਨ ਦਾ ਸ਼ੀਰੀ ਸਾਧਗੁਰ ਜੀ ਤੋਂ ਬਾਅਦ ਲੋੜਵੰਨਾਂ ਦੀ ਆਹਰ ਤਰਨੀਆ ਲੋੜਾ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਵੀ ਆਪਣੇ ਝੁਮੇ ਹੀ ਲੈ ਲਈ ਸ਼ਾਇਦ ਹੀ ਕੋਈ ਲੋੜਵੰਦ ਖਾਲੀ ਜਾਂਦਾ ਹੋਵੇ ਸਭ ਦੀ ਪੁੱਛਗਿੱਛ ਬਹੁਤ ਜ਼ਿਆਦਾ ਕਰਨੀ ਮਾਤਾ ਜੀ ਦਾ ਸੁਭਾਅ ਹੀ ਬਣ ਗਿਆ ਹੋਇਆ ਸੀ ਐਸੇ ਤਰ੍ਹਾਂ ਮਰੀਜ਼ਾਂ ਦੇ ਇਲਾਜ ਬਾਰੇ ਭਾਵੇਂ ਕੋਈ ਕੋਈ ਆ ਜਾਵੇ ਨਾਮਦਾਰੀ ਜਾਂ ਗੈਰ ਨਾਮਦਾਰੀ ਗੈਰਤੇ ਕਿਸੇ ਨੂੰ ਸਮਝਣਾ ਹੀ ਨਹੀਂ ਜੇ ਕਦੇ ਮੈਂ ਜਾਂ ਸਤਗੁਰੂ ਦੇ ਸਿੰਘ ਜੀ ਆਖਣਾ ਮਾਤਾ ਜੀ ਹਸਪਤਾਲ ਦਾ ਖਰਚਾ ਮਹੀਨੇ ਦਾ ਕਰੋੜਾ ਰੁਪਇਆ ਵਿਚੋ ਰਿਆ ਹੈ ਆਖਣਾ ਕਾਕਾ ਇਹ ਤੁਸੀਂ ਆਪ ਹੀ ਵੇਖ ਲਓ ਮੈਥੋਂ ਤੇ ਕਿਸੇ ਨੂੰ ਨਾ ਹੁੰਦੀ ਨਹੀਂ ਮੇਰੇ ਘਰੋਂ ਬੀਬਾ ਬੀਬਾ ਸਾਹਿਬ ਕੋਲ ਬਾਰੇ ਇੱਕੋ ਹੀ ਗੱਲ ਆਖਦੇ ਸੀ ਮੈਂ ਇਹਨਾਂ ਨੂੰ ਕੁਝ ਨਹੀਂ ਆਖਣਾ ਮੇਟਾ ਗੁੱਡੀ ਦੀ ਸੇਵਾ 사ਤਗੁਰ ਜੀ ਦੀ ਪੁੱਤਰੀ ਸਮਝ ਕੇ ਕਰ ਰਹੀ ਹਾਂ 사ਤਗੁਰ ਜਗਜੀਤ ਸਿੰਘ ਜੀ ਬਾਰੇ ਤਾਂ ਹਰ ਸਿੱਖ ਆਖਦਾ ਹੀ ਹੈ ਕਿ ਸੱਚੇ ਪਾਸ਼ਾ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ ਉਹਨਾਂ ਦੇ ਅਤਰੂਜੀਵਿਆਂ ਵਾਲੇ ਜੀਵਨ ਯਾਤਰਾ ਵਿੱਚ ਹਰ ਸਿੱਖ ਵਾਸਤੇ ਸਮਾ ਸੀ ਬੀਬਾ ਜੀ ਵਾਸਤੇ ਵੀ ਉਹਨਾਂ ਨਾਲ ਲਾਡ ਕਰਨ ਵਾਸਤੇ ਸਮਾ ਉਚੇਚੇ ਹੀ ਕਾਢਦੇ ਸਨ ਸਾਰੀ ਹੀ ਆਖ ਲਈਏ ਤਾਂਤਨ ਮਾਤਾ ਜਾਂਦਗਾਰ ਜੀ ਤਾਂਤਨ ਸ਼ੀਰ ਸਾਧਗੁਰੂ ਜਗਜੀਤ ਸਿੰਘ ਜੀ ਸਾਡੀ ਇਹਨਾਂ ਦੇ ਚਰਨਾਂ ਤੇ अनेका अनेका ਵਾਰੀ ਦੰਡੋਤ ਬੰਦਨਾ ਹੈ